ਜਿਹੜੇ ਗੁਰਦੁਆਰਿਆਂ ਨੂੰ ਜ਼ਮੀਨਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜੀ ਭਾਵੇਂ ਪੰਜਾਬ ਦੇ ਕਿਸਾਨ ਹੋਣ ਲੋਕ ਹੋਣ ਜਾਂ ਗੁਰਦੁਆਰਿਆਂ ਨੂੰ ਜਿਹੜੇ ਜ਼ਮੀਨਾਂ ਦਿੰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜੀ ਵੀ ਤੁਸੀਂ ਜ਼ਮੀਨ ਚਾਹੇ ਸਰਕਾਰ ਨੂੰ ਦਿਓ ਚਾਹੇ ਧਾਰਮਿਕ ਅਦਾਰਿਆਂ ਨੂੰ ਦਿਓ ਜੀ ਉੱਥੇ ਜਿਹੜਾ ਐਗਰੀਮੈਂਟ ਤੁਹਾਡਾ ਇਕਰਾਰਨਾਮਾ ਲਿਖਿਆ ਜਾਣਾ ਹੈ ਜ਼ਰੂਰ ਲਿਖੋ ਇਸ ਕੰਮ ਲਈ ਜ਼ਮੀਨ ਦਿੱਤੀ ਜਾ ਰਹੀ ਹੈ ਜੀ ਅਰ ਜੇ ਇਸ ਕੰਮ ਲਈ ਨਹੀਂ ਵਰਤੀ ਜਾਂਦੀ ਤੇ ਉਹ 500 ਸਾਲ ਬਾਅਦ ਵੀ ਜ਼ਮੀਨ ਮੁੜ ਉੱਥੇ ਹੀ ਚਲੀ ਜਾਊਗੀ ਜਿੰਨਾ ਦੀ ਸੀ ਨਾ ਕੀ ਇਹ ਵਿੱਚ ਆਏ ਹੋਏ ਦਲਾਲ ਜੀ ਲੈ ਕੇ દવાਖਾਨੇ ਦੇ ਨਾਂ ਤੇ ਜਿਹੜੇ ਪਰਿਵਾਰ ਤੋਂ ਲਈ ਹੋਏਗੀ દવાਖਾਨਾ ਕਹੇ ਕਿ ਅੱਜ ਉਹਨਾਂ ਨਾਲ ਵੀ ਧੋਖਾ ਨਹੀਂ ਹੋਇਆ ਲੱਗਦਾ ਬਿਲਕੁਲ ਜੀ ਉਹ ਤਾਂ ਉਹਨਾਂ ਨਾਲ ਵੀ ਧੋਖਾ ਹੋਇਆ ਹੋਵੇਗਾ ਹੁਣੇ ਲੱਭਣਾ ਪੈਣਾ ਹੈ ਸਾਰਾ ਕਿਉਂਕਿ ਸਾਡੇ ਕੋਲ ਅਜੇ ਪੂਰੇ ਕਾਗਜ਼ਤ ਜਿਹੜੇ ਨਹੀਂ ਪਹੁੰਚੇ ਕੱਲ ਹੀ ਪਤਾ ਲੱਗਿਆ ਸਾਨੂੰ ਉਹ ਵੀ ਮੈਂ ਪੰਜਾਬ ਤੋਂ ਬਾਰਸ਼ਾਂ 1 ਵਜੇ ਮੈਂ ਪਹੁੰਚਿਆ ਆਂ ਔਰ ਤੁਹਾਨੂੰ ਸਾਰਿਆਂ ਵੀਰਾਂ ਨੂੰ ਬੁਲਾ ਕੇ ਇੱਥੇ ਇਕੱਠਾ ਕੀਤਾ ਕਿ ਆਓ ਆਵਾਜ਼ ਬੁਲੰਦ ਕਰੀਏ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕਰਦੇ ਆਂ ਬਚਾ ਲੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੀ ਜ਼ਮੀਨ ਇਹ ਲੋਕ ਤੁਹਾਡਾ ਇੱਕ ਦਿਨ ਤਰਨ ਤਾਰਨ ਸਾਬ ਵੀ ਵੇਚ ਕੇ ਛੱਡਣਗੇ ਕਿਉਂਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੇਚ ਦਿੱਤੇ ਆ ਜ਼ਮੀਨਾਂ ਵੇਚਣੀਆਂ ਉਹਨਾਂ ਲਈ ਕਿੱਡਾ ਕੌਖਾ ਕੰਮ ਹੈ ਇਹ ਹੁਣ ਮਰਜ਼ੀ ਤੁਹਾਡੀ ਹੈ ਤੁਸੀਂ ਜੱਸਾ ਸਿੰਘ ਰਾਮਗੜੀ ਹੋ ਤੁਸੀਂ ਸੰਤ ਜਰਨੈਲ ਸਿੰਘ ਹੋ ਜਾਂ ਜੇ ਜੀਵੈ ਪਤ ਲੱਥੀ ਜਾਈ ਸਭ ਹਰਾਮ ਜੇ ਤੱਕ ਸਿਖਾਏ कोरोना ਨਾਲ ਵੀ ਮਰ ਗਏ ਨੇ ਕੋਈ ਲੋਕ ਪਰ ਆਪਾਂ ਨੂੰ ਕੋਰੋਨੇ ਚ ਰੱਬ ਨੇ ਮਰਨ ਨਹੀਂ ਦਿੱਤਾ ਇਹਦਾ ਮਤਲਬ ਕੋਈ ਕਾਰਨ ਹੈ ਤੇ ਫਿਰ ਆਉ ਜੇ ਮਰਨਾ ਹੀ ਹੈ ਤੇ ਚੱਜ ਦੀ ਮੌਤ ਮਰੋ ਮਰਦਾਂ ਦੀ ਮੌਤ ਮਰੋ ਮੁਰਦਿਆਂ ਦੀ ਮੌਤ ਨਾ ਮਰੋ ਬਿਲਕੁਲ ਜੀ ਉਹ ਤਾਂ ਉਹਨਾਂ ਨਾਲ ਵੀ ਧੋਖਾ ਹੋਇਆ ਹੋਵੇਗਾ ਹੁਣੇ ਲੱਭਣਾ ਪੈਣਾ ਹੈ ਸਾਰਾ ਕਿਉਂਕਿ ਸਾਡੇ ਕੋਲ ਅਜੇ ਪੂਰੇ ਕਾਗਜ਼ਤ ਜਿਹੜੇ ਨਹੀਂ ਪਹੁੰਚੇ ਕੱਲ ਹੀ ਪਤਾ ਲੱਗਿਆ ਸਾਨੂੰ ਉਹ ਵੀ ਮੈਂ ਪੰਜਾਬ ਤੋਂ ਬਾਰਸ਼ਾਂ 1 ਵਜੇ ਮੈਂ ਪਹੁੰਚਿਆ ਆਂ ਔਰ ਤੁਹਾਨੂੰ ਸਾਰਿਆਂ ਵੀਰਾਂ ਨੂੰ ਬੁਲਾ ਕੇ ਇੱਥੇ ਇਕੱਠਾ ਕੀਤਾ ਕਿ ਆਓ ਆਵਾਜ਼ ਬੁਲੰਦ ਕਰੀਏ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕਰਦੇ ਆਂ ਬਚਾ ਲਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੀ ਜ਼ਮੀਨ ਇਹ ਲੋਕ ਤੁਹਾਡਾ ਇੱਕ ਦਿਨ ਤਰਨ ਤਾਰਨ ਸਭ ਵੀ ਵੇਚ ਕੇ ਛੱਡਣਗੇ ਕਿਉਂਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੇਚ ਦਿੱਤੇ ਆ ਜ਼ਮੀਨਾਂ ਵੇਚਣੀਆਂ ਉਹਨਾਂ ਲਈ ਕਿੱਡਾ ਕੌਖਾ ਕੰਮ ਐ ਇਹ ਹੁਣ ਮਰਜ਼ੀ ਤੁਹਾਡੀ ਐ ਤੁਸੀਂ ਜੱਸਾ ਸਿੰਘ ਰਾਮਗੜੀ ਹੋ ਤੁਸੀਂ ਸੰਤ ਜਰਨੈਲ ਸਿੰਘ ਹੋ ਜਾਂ ਜੇ ਜੀਵੈ ਪਤ ਲੱਥੀ ਜਾਈ ਸਭ ਹਰਾਮ ਜਿੱਤਾਂ ਕਿ ਸਿਖਾਏ ਕਰੋਨੇ ਨਾਲ ਵੀ ਮਰ ਗਏ ਨੇ ਕੋਈ ਲੋਕ ਪਰ ਆਪਾਂ ਨੂੰ ਕਰੋਨੇ ਚ ਰੱਬ ਨੇ ਮਰਨ ਨਹੀਂ ਦਿੱਤਾ ਇਹਦਾ ਮਤਲਬ ਕੋਈ ਕਾਰਨ ਹੈ ਤੇ ਫਿਰ ਆਉ ਜੇ ਮਰਨਾ ਹੀ ਹੈ ਤੇ ਚੱਜ ਦੀ ਮੌਤ ਮਰੋ ਮਰਦਾਂ ਦੀ ਮੌਤ ਮਰੋ ਮੁਰਦਿਆਂ ਦੀ ਮੌਤ ਨਾ ਮਰੋ